ਜੇ ਸਾਈਆਂ ਤੂੰ ਨਾ ਕਰੇ ਮੈਂ ਹੋਰ ਕਰੇ ਕਿਹੜਾ, ਇਹ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਮੈਂ ਤੱਕਦਾਰ ਮਤਾਂ ਤੇਰੀਆਂ ਨੂੰ ਵੇ ਤੇਰੇ ਜਾਣ ਦੀਆਂ ਪੈੜਾਂ ਅੱਜ ਵੀ ਨੇ ਮੁੜੇ ਹੁਣ ਦੀਆਂ ਪੈੜਾਂ ਵੀ ਪਾ ਤੇਰੇ ਰਾਹਾਂ ਵਿੱਚ ਵੱਡੇ ਪੱਥਰ ਦੇ ਪੁੱਤ ਬਣ ਗਏ ਵੇ ਸਾਨੂੰ ਕਿਸੇ ਕਿਨਾਰੇ ਤਾਂ ਉਹ ਸਾਨੂੰ ਕਿਸੇ ਕਿਨਾਰੇ ਤਾਂ ਜਾਂਦਾ ਤੂੰ ਕਿਹਾ ਸੀ ਮੈਂ ਮੁੜ ਛੇਤੀ ਆਉਂ ਹੋ ਗਏ ਆਓ ਸਾਡੇ ਘਰ ਵਿੱਚ ਫੇਰਾ ਆਓ ਕੁਝ ਮੈਂ ਕਮਲੀ ਲੋਕੀ ਕਹਿਣ ਕਮਲੀ ਵੇ ਮੈਨੂੰ ਕਮਲ ਚੜ੍ਹੇ ਤੇਰੇ ਨਾਂ ਵਾਲਾ ਤੇ ਲੋਕਾਂ ਕਮਲੀ ਰੱਖਤਾ ਇਨਾ ਮੇਰਾ ਮੱਥੇ ਬਿੰਦੀ ਤਨ ਤੇ ਘੱਗਰੀ ਤੇ ਐਸੀ ਨੱਚੀ ਮੈਂ ਤੇਰੇ ਵੇੜੇ ਤੇ ਲੋਕਾਂ ਕੰਜਰੀ ਰੱਖਤਾ ਇਨਾ ਮੇਰਾ ਆਓ ਜਿਹੜੇ ਤੇਰੇ ਨਾਮ ਦੇ ਪੁਜਾਰੀ ਆਪੇ ਤੈਨੂੰ ਲੱਭ ਲੈਣਗੇ ਜਿਹੜੇ ਤੇਰੇ ਨਾਮ ਦੀ ਕੁਮਾਰੀ ਆਪੇ ਤੈਨੂੰ ਲੱਭ ਲੈਣਗੇ ਜਿਹੜੇ ਤੇਰੇ ਨਾਮ ਦੇ ਪੁਜਾਰੀ ਆਪੇ ਤੈਨੂੰ ਲੱਭ ਲੈਣਗੇ ਚੜੀ ਤੇ
ਲੈਣਗੇ ਉਹ ਜਿਹੜੇ ਤੇਰੇ ਨਾਮ ਦੇ ਪੁਜਾਰੀ ਆਪੇ ਤੈਨੂੰ ਲੱਭ ਲੈਣਗੇ ਆ ਜਿਹੜੇ ਤੇਰੇ ਨਾਮ ਦੇ ਪੁਜਾਰੀ ਵੇ ਆਪੇ ਤੈਨੂੰ ਲੱਭ ਲੈਣਗੇ ਤੈਨੂੰ ਲੱਭ ਲੈਣਗੇ
ਛੋਟੜਾ ਜਿਹਨੂੰ ਲੱਗੇ ਧਰਮ ਵਰਗਾਰ ਦੁਰਗਾ ਰਾਣੀ ਆ ਸਖੀ ਸੁਲਤਾਨ ਰਾਣੀਆਂ ਨਾਲੇ ਖੋਲੇ ਜਿਹੜੇ ਕਵਾਰ ਵਰਗੇ ਵੇਖ ਲੈ ਸਭ ਚੰਗੇ ਪਏ ਹਥਿਆਰ ਆਓ ਕਿਹਨੂੰ ਗੁਰੂ ਆਧਾਰ ਲੈ ਤੇ ਕਿਹਦਾ ਕਰੇ ਉਧਾਰ ਆਓ ਕੰਮ ਕਰੋ ਜਿਹਨੂੰ ਮਾਰ ਕੇ ਗੁਰੂ ਲੱਗੇ ਸਮੁੰਦਰੋਂ ਪਾਰ ਕਰੋ ਜਦੋਂ ਮਾਰ ਕੇ ਗੁਰੂ ਲਗੇ ਸਮੁੰਦਰੋਂ ਪਾਰ ਆਏ ਜਿਹੜੀ ਤੇਰੇ ਨਾਮ ਦੀ ਬਿਮਾਰੀ ਆਪੇ ਤੈਨੂੰ ਲੱਭ ਲੈਣਗੇ ਆਏ ਜਿਹੜੇ ਤੇਰੇ ਨਾਮ ਦੇ ਪੁਜਾਰੀ ਆਪੇ ਤੈਨੂੰ ਲੱਭ ਲੈਣਗੇ ਜਿਹੜੇ ਤੇਰੇ ਨਾਮ ਦੇ ਪੁਜਾਰੀ ਆਪੇ ਤੈਨੂੰ ਲੱਭ ਲੈਣਗੇ ਸਾਰੀ ਸੰਗਤ ਜਗਾਰਾ ਬੋਲੋ ਭਾਈ ਬੋਲ ਲਾਲਾ ਵਾਲੀ ਸੱਚੀ ਸਰਕਾਰ ਕੀ
ਬੇਨਤੀ ਹੈ ਭਾਈ ਆਪੋ ਆਪਣੇ ਥਾਂ ਤੇ ਬੈਠੋ, ਜੋ ਵੀਰ ਖੜੇ ਨੇ ਉਹ ਵੀ ਵਡਾਲ ਚ ਸਜੋ। ਬਾਬਾ ਜਿੰਦਾ ਜੀ ਕੁਛ ਹੀ ਸਮੇਂ ਵਿਚਕਾਰ ਪਹੁੰਚ ਰਹੇ ਨੇ। ਹਲੇ ਹੁਣ ਲਾਲਾ ਵਾਲੇ ਦਾ ਸਕੂਲ ਵਿੱਚ ਨਿਗਾਹ ਲਾ, ਤੈ ਮਾਏ ਚਰਚਾ ਚਾਰ ਛੁਪੇ, ਚੱਲ ਉੱਠ ਚੱਲ ਮੈਨੂੰ ਪਾਪੜ ਨੇ, ਜਿੱਥੇ ਪੜਦੇ ਨੇ ਲੋਕ ਬਥੇਰੇ। ਆਓ ਪੀਰਾਂ ਦਾ ਪੀਰ ਮੇਰਾ ਸੱਚੀ ਸੁਲਤਾਨ, ਮੈਨੂੰ ਉੱਥੇ ਪੜਨੇ ਲਾਲਾ ਵਾਲੇ ਦਾ ਸਕੂਲ ਬੜਾ ਪਿਆਰਾ, ਮਾਲਾ ਦੇ ਮੈਨੂੰ ਉੱਥੇ ਪੜਨੇ, ਮੇਰੇ ਜੋਗੀ ਦਾ ਸਕੂਲ ਬੜਾ ਪਿਆਰਾ, ਮਾਲਾ ਦੇ ਮੈਨੂੰ ਉੱਥੇ ਪੜਨੇ। ਧੰਨ ਪਾਗ ਮੇਰੇ ਜੀ ਔਲਾਦ ਵੇਚਲੀ, ਉਹਦੇ ਨਾਮ ਵਾਲੀ ਮੈਂ ਕਿਤਾਬ ਮਾਏ ਪੜ੍ਹਨੀ, ਧੰਨ ਪਾਗ ਮੇਰੇ ਜੀ ਔਲਾਦ ਵੇਚਲੀ। ਮਾਲਾ ਦੇ ਮੈਨੂੰ ਉੱਥੇ ਪੜਨੇ ਲਾਲਾ ਵਾਲੇ ਦਾ ਸਕੂਲ ਬੜਾ ਪਿਆਰਾ, ਮਾਲਾ ਦੇ ਮੈਨੂੰ ਉੱਥੇ ਪੜਨੇ, ਮੇਰੇ ਜੋਗੀ ਦਾ ਸਕੂਲ ਬੜਾ ਪਿਆਰਾ, ਮਾਲਾ ਦੇ ਮੈਨੂੰ ਉੱਥੇ ਪੜਨੇ।
ਕੋਈ ਬੀਸਰੀ ਕੀ ਵੱਡੀ ਕੋਣੇ ਪੰਡ ਨੱਚੀ ਰਾਗਵਾ ਸ਼ਕਰ ਪਤਾਸਿਆਂ ਦਾ ਵੰਡ ਪਰਿਸ਼ਾਲਵਾ ਕੋਈ ਬੀਸਰੀ ਕੀ ਵੱਡੀ ਲਾਉਣੇ ਪੈਂਦੇ ਨੇ ਚਿਰਾਗਵਾ ਸ਼ਕਰ ਪਤਾਸਿਆਂ ਦਾ ਵੰਡ ਪਰਿਸ਼ਾਲਵਾ ਮਾਲਾ ਦੇ ਮੈਨੂੰ ਉੱਥੇ ਪਰਨੇ ਲਾਲਾ ਵਾਲੇ ਦਾ ਸਕੂਲ ਬੜਾ ਪਿਆਰਾ ਮਾਲਾ ਦੇ ਮੈਨੂੰ ਉੱਥੇ ਪਰਨੇ ਮੇਰੇ ਜੋਗੀ ਦਾ ਸਕੂਲ ਬੜਾ ਪਿਆਰਾ ਮਾਲਾ ਦੇ ਮੈਨੂੰ ਉੱਥੇ ਪਰਨੇ ਲਾਲਾ ਵਾਲੇ ਦਾ ਸਕੂਲ ਬੜਾ ਪਿਆਰਾ ਲਾ ਦੇ ਮੈਨੂੰ ਉੱਥੇ ਪਰਨੇ ਦੁਨੀਆਂ ਦੇ ਵਿੱਚ ਬੜੇ ਹੋਏ ਮਸ਼ਹੂਰ ਵਾ ਆ ਜਿਹੜੇ ਜਿਹੜੇ ਪੜੇ ਲਾਲਾ ਵਾਲੇ ਦੇ ਸਕੂਲ ਵਾ ਦੁਨੀਆਂ ਦੇ ਵਿੱਚ ਬੜੇ ਹੋਏ ਮਸ਼ਹੂਰ ਵਾ ਪਿਆਰਾ ਮਾਲਾ ਦੇ ਮੈਨੂੰ ਉੱਥੇ ਪੜਨੇ ਲਾਲਾ ਵਾਲੇ ਦਾ ਸਕੂਲ ਬੜਾ ਪਿਆਰਾ ਮਾਲਾ ਦੇ ਮੈਨੂੰ ਉੱਥੇ ਪੜਨੇ ਮੇਰੇ ਜੋਗੀ ਦਾ ਸਕੂਲ ਬੜਾ ਪਿਆਰਾ ਮਾਲਾ ਦੇ ਮੈਨੂੰ ਉੱਥੇ ਪੜਨੇ ਮਾਲਾ ਦੇ ਮੈਨੂੰ ਉੱਥੇ ਪੜਨੇ ਮਾਲਾ ਦੇ ਮੈਨੂੰ ਉੱਥੇ ਪੜਨੇ ਸੱਚੇ ਦਰਬਾਰ ਕੀ ਸਾਰੀ ਸੰਗਤ ਜਕਾਰਾ ਲਾਇਆ ਕਰੋ ਭਾਈ ਮੈਂ ਤੈਨੂੰ ਸੱਦ ਪਈ ਮਾਰਾ ਤੂੰ ਮੁਲਕ ਵਸਾ ਲਿਆ ਕੇੜਾ ਕਿਉਂ ਜੀ ਨੀ ਕਰਦਾ ਤੇਰਾ ਆਉ ਪੀਰ ਲਖਾਣਿਆ ਦਾ ਤੇ ਆਵੇ ਤੇਰਾ ਮੱਕੇ ਵਿੱਚ ਮਕਾਨ ਆਉ ਰੱਖਦਾ ਗਊਆਂ ਲਵੇਰੀਆਂ ਦਾਦਾ ਮੋਤੀ ਕਰਨਾ ਆ ਸਿਰ ਤੇ ਟੋਪੀ ਗਲ ਵਿੱਚ ਗਾਨੀ ਆ ਸਿਰ ਤੇ ਟੋਪੀ ਗਲ ਵਿੱਚ ਗਾਨੀ
ਨਿਸ਼ਾਨੀ ਆ ਪੀਰ ਮੇਰੇ ਦੀ ਪੱਕੀ ਨਿਸ਼ਾਨੀ ਹੱਥ ਜੋੜ ਕੇ ਕਰਾਂ ਬੇਨਤੀ ਮੈਂ ਤੇਰੇ ਨਹੀਂ ਮਰਦਾ ਪੀਰ ਮੇਰਾ ਪੀਰ ਮੇਰਾ ਪੀਰ ਮੇਰਾ ਠੰਡ ਦਾ ਖੇਡਣਾ ਨਹੀਂ ਮੇਰਾ ਖੇਡਣ ਨੂੰ ਜੀ ਕਰਦਾ ਪੀਰ ਮੇਰਾ ਠੰਡ ਦਾ ਖੇਡਣਾ ਨਹੀਂ ਆ ਮੇਰਾ ਖੇਡਣ ਨੂੰ ਜੀ ਕਰਦਾ ਪੀਰ ਮੇਰਾ ਠੰਡ ਦਾ ਖੇਡਣਾ ਨਹੀਂ ਮੇਰਾ ਖੇਡਣ ਨੂੰ ਜੀ ਕਰਦਾ ਫੁੱਲਾਂ ਦੇ ਗੁਲਦਸਤੇ ਵਾਂਗੂ ਸਾਂਭ ਸਾਂਭ ਕੇ ਰੱਖਾਂ ਮੈਂ ਤੇਰੇ ਨਾਲ ਪਰੀਤਾਂ ਪਾਈਆਂ ਉਂਝ ਵਸਦੇ ਨੇ ਲੱਖਾਂ ਮੈਂ ਪੀਰ ਮੇਰਾ ਹੱਥ ਦਾ ਖੇਡਣਾ ਨੀ ਮੇਰਾ ਖੇਡਣ ਨੂੰ ਜੀ ਕਰਦਾ ਪੀਰ ਮੇਰਾ ਹੱਥ ਦਾ ਖੇਡਣਾ ਨੀ ਮੇਰਾ ਖੇਡਣ ਨੂੰ ਜੀ ਕਰਦਾ ਪੀਰ ਮੇਰਾ ਹੱਥ ਦਾ ਖੇਡਣਾ ਨੀ ਮੇਰਾ ਖੇਡਣ ਨੂੰ ਜੀ ਕਰਦਾ ਸਾ
ਸਾਰੀ ਸਾਧ ਸੰਗਤ ਜੀ ਨੂੰ ਬੇਨਤੀ ਹੈ ਥੋੜ੍ਹਾ ਥੋੜ੍ਹਾ ਸਾਈਡ 'ਚ ਹੋ ਕੇ ਖੜੋ। ਬਾਬਾ ਛਿੰਦਾ ਜੀ ਦਰਬਾਰ 'ਤੇ ਪਹੁੰਚ ਚੁੱਕੇ ਨੇ, ਕੈਮਰੇ ਵਾਲੇ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ, ਥੋੜ੍ਹਾ ਸਾਈਡ 'ਚ ਹੋ ਕੇ ਖੜੋ। ਬਾਬਾ ਛਿੰਦਾ ਜੀ ਦਰਬਾਰ 'ਚ ਪਹੁੰਚ ਰਹੇ ਨੇ, ਉਹਨਾਂ ਲਈ ਸਾਰੀ ਸੰਗਤ ਗੱਜ ਵੱਜ ਕੇ ਤਾੜੀ ਲਾਓ। 1 2 3 4 ਘੋੜਾ ਨੂਰੀ ਕਾਠੀ ਬਹਾਵਲਾ ਵੇ ਜਿਨ੍ਹਾਂ ਦੇ ਘੋੜਾ ਨੂਰੀ ਕਾਠੀ ਬਹਾਵਲਾ ਵੇ ਨੂਰੀ ਕਾਠੀ
ਹਰੂਰੀ ਕਾਠੀ ਬਾਵਲਾ ਕਾਠੀ ਬਾਵਲਾ ਆਈ ਚੜਿਆ ਮਲੇਰਾ ਵਿੱਚੋਂ ਆਵੇ ਕਿੰਨਾ ਮੇਰਾ ਘੋੜਾ ਰੂਰੀ ਕਾਠੀ ਬਾਵਲਾ ਚੜਿਆ ਮਲੇਰਾ ਵਿੱਚੋਂ ਆਵੇ ਆਈ ਕਦੇ ਸੋ ਗਿਆ ਲੈ ਕੱਟ ਕੇ ਆਇਆ ਵਿੱਚੋਂ ਆਵੇ
ਮੁਹਾਵਰਾ ਚੜਿਆ ਮਲੇਰਾ ਵਿੱਚੋਂ ਆਹਾਵੇ ਚੜਿਆ ਮਲੇਰਾ ਵਿੱਚੋਂ ਆਹਾਵੇ ਚੜਿਆ ਮਲੇਰਾ ਵਿੱਚੋਂ ਆਵੇ ਬੋਲ ਸੱਚ ਦਰਬਾਰ ਕੀ ਮਲੇਰਾਂ ਵਾਲੀ ਸੱਚੀ ਸਰਕਾਰ ਕੀ ਪਾਣੀ ਲੈ ਕੇ ਆਓ ਸੰਤਾਂ ਸਾਈਆਂ ਦੀ ਕਿਰਪਾ ਨਾਲ ਸਾਡੇ ਵੱਡੇ ਵੀਰ ਸਾਡੇ ਉਸਤਾਦ ਬਲਕਾਰ ਜੀ ਪਿੰਡ ਦੁੱਧੇਵਾਲਾ ਤੋਂ ਉਹਨਾਂ ਦੀ ਕਿਰਪਾ ਨਾਲ ਇੱਕ ਜਸ ਬਣਾਇਆ ਸੀ ਸੋ ਸਾਡੇ ਛੋਟੇ ਵੀਰ ਜਸਰਾਜ ਜੀ ਦੀ ਸਪੈਸ਼ਲ ਫਰਮਾਇਸ਼ 'ਤੇ ਤੁਹਾਨੂੰ ਉਹ ਜਸ ਸੁਣਾਉਣ ਜਾ ਰਹੇ ਹਾਂ ਜੇ ਕੋਈ ਗਲਤੀ ਗੁਸਤਾਖੀ ਹੋਵੇ ਸ਼ਮਾ ਕਰਿਓ ਹੋ ਰੱਬਾ ਪਿਛੜ ਜਾਵੇ ਕਦੇ ਯਾਰ ਤੇਰਾ ਤੇ ਪਤਾ ਲੱਗ ਜੇ ਵੀ ਛੋੜਾ ਕੀ ਲੱਗਦਾ ਜੀ ਆ ਤੈਨੂੰ ਕਹਿਣਾ ਪੈ ਦੁਨੀਆ ਨੂੰ ਤੇ ਆਪਣੇ ਆਵਾਜ਼ ਨਾ ਲੱਗਦਾ ਤੇਰੇ ਡੇਰੇ ਵੱਲ ਤੁਰ ਪਏ ਨੰਗੇ ਨੰਗੇ ਪੈਰੀ ਤੇਰੇ ਡੇਰੇ ਵੱਲ ਤੁਰ ਪਏ ਆ ਸਾਡੀਆਂ ਅੱਖਾਂ ਚੋਂ ਸਾਰਾ ਹੰਝੂ ਨਹੀਂ ਉਹ ਸੁੱਕਦੇ ਆ ਸਾਡੀਆਂ ਅੱਖਾਂ ਚੋਂ ਸਾਰਾ ਹੰਝੂ ਨਹੀਂ ਉਹ ਸੁੱਕਦੇ ਸੁੱਕਦੇ
ਸੋਨੇ ਵਰਗਾ ਹੈ ਮੇਰਾ ਵੀਰ ਬਾਬਲਾ, ਇਹੜੀਆਂ ਗੱਲਾਂ ਚੋਂ ਦੁੱਖਾਂ ਵਿੱਚ ਰੋਲ ਗਿਆ, ਸੋਨੇ ਵਰਗਾ ਹੈ ਮੇਰਾ ਵੀਰ ਬਾਬਲਾ, ਕਿਹੜੀਆਂ ਗੱਲਾਂ ਤੋਂ ਦੁੱਖਾਂ ਵਿੱਚ ਰੋਲ ਗਿਆ, ਕਿਹੜੀਆਂ ਗੱਲਾਂ ਤੋਂ ਦੁੱਖਾਂ ਵਿੱਚ ਰੋਲ ਗਿਆ। ਦਰਬਾਰ ਕੀ
ਜਸ ਚੰਗਾ ਲੱਗਿਆ ਤਾਂ ਸਾਰੀ ਸੰਗਤ ਗੱਜ ਵੱਜ ਕੇ ਤਾੜੀ ਲਾ ਦੋ ਭਾਈ। ਸਟਾਰਟ ਹੋਇਆ ਹੈ ਪ੍ਰਚਾਰ ਦਿਨ, ਕਿਸੇ ਨੂੰ ਬਾਪੂ ਬਾਪੂ ਕਹਿ ਕੇ, ਗੁਰੂ ਜੀ ਕਹਿ ਕੇ ਉਹਨੂੰ ਛੱਡ ਜਾਣਾ, ਉਹਦੇ ਨਾਲ ਧੋਖਾ ਕਰਨਾ, ਉਹਨੂੰ ਸੰਗਤ ਦੇ ਵਿੱਚ ਜਾ ਕੇ ਕਹਿਣਾ ਸਾਨੂੰ ਕੀ ਦੱਸਿਆ, ਇਹ ਮਾੜੀ ਗੱਲ ਹੈ। ਸੋ ਇਸੇ ਤਰ੍ਹਾਂ ਦੀ ਗੱਲ ਆਓ, ਚਾਹੇ ਪੁੱਤ ਚਾਹੇ ਧੀ, ਚਾਹੇ ਹੈ ਚਾਹੇ ਸੀ, ਜਿਹਨੇ ਨੀਵੀਆਂ ਪਵਾਈਆਂ ਉਹ ਲੱਗਦੇ ਨੇ ਧੀ। ਆਓ ਰੱਬ ਇਹੋ ਜਿਹੇ ਮੇਲ ਨਾ ਮਿਲਾਵੇ, ਆਓ ਕੰਨ ਲਾ ਕੇ ਸੁਣ ਯੋਧਿਆ, ਆ ਚੱਲਾ ਨਿੰਦ ਕੇ ਗੁਰੂ ਨੂੰ ਮਾਰ ਖਾਵੇ, ਕੰਨ ਲਾ ਕੇ ਸੁਣ ਯੋਧਿਆ, ਚੱਲਾ ਨਿੰਦ ਕੇ ਗੁਰੂ ਨੂੰ ਮਾਰ ਖਾਵੇ, ਕੰਨ ਲਾ ਕੇ ਸੁਣ ਯੋਧਿਆ, ਚੱਲਾ ਨਿੰਦ ਕੇ ਗੁਰੂ ਨੂੰ ਮਾਰ ਖਾਵੇ, ਕੰਨ ਲਾ ਕੇ ਸੁਣ ਯੋਧਿਆ।
ਉਹ ਫਕੀਰ ਨਹੀਂ ਉਹ ਗੁੱਸਾ ਕਰਦੇ, ਗੁਰੂ ਨਹੀਂ ਉਹ ਗੁੱਸਾ ਕਰਦੇ, ਹੱਸ ਕੇ ਗੱਲਾਂ ਨੂੰ ਟਾਲ ਜਾਵੇ, ਕੰਨ ਲਾ ਕੇ ਸੁਣ ਯੋਧਿਆ, ਜਿਹੜਾ ਨਿੰਦ ਕੇ ਗੁਰੂ ਨੂੰ ਮਾਰ ਖਾਵੇ, ਕੰਨ ਲਾ ਕੇ ਸੁਣ ਯੋਧਿਆ, ਨਿੰਦ ਕੇ ਗੁਰੂ ਨੂੰ ਮਾਰ ਖਾਵੇ, ਕੰਨ ਲਾ ਕੇ ਸੁਣ ਯੋਧਿਆ। ਜੀ ਰੋਸ਼ਨੀ ਹੋ ਆਓ ਚੜਕੀ ਜੇ ਚੰਨ ਚੜਿਆ ਓ ਸਾਰੇ ਜਗ ਚ ਰੋਸ਼ਨੀ ਸਾਇਆ ਤੂੰ ਨਹੀਂ ਤਸਵੀਰ ਹੈ ਤੂੰ ਸਾਰੇ ਫਕਰਾਂ
ਦੀ ਤਸਵੀਰ ਹੈ ਤੂੰ ਓ ਕਿਹੜੀਆਂ ਗੱਲਾਂ ਤੋਂ ਕਰੂ ਤੇਰੇ ਬੱਚਿਆਂ ਨਾਲ ਰੁੱਸ ਬਣਾ ਜਦ ਰੁੱਸਿਆ ਹੋਵੇ ਤੂੰ ਵੇ ਜਾਣੇ ਸਾਡਾ ਰੱਬ ਜਿਆ ਰੁੱਸ ਜਾਂਦਾ ਵੇ ਜਦ ਰੁੱਸਿਆ ਹੋਵੇ ਤੂੰ ਜਾਣੇ ਸਾਡਾ ਰੱਬ ਜਿਆ ਚੰਨ ਨੂੰ ਹਜ਼ਾਰਾਂ ਦਾਗ ਨੇ ਮੇਰੇ ਦਾਦੇ ਨੂੰ ਦਾਗ ਨਾ ਕੋਈ ਚੜਕੀ ਚ ਚੰਨ ਚੜਿਆ ਸਾਰੇ ਜੱਗ ਚ ਰੋਸ਼ਨੀ ਹੋਈ ਚੜਕੀ ਚ ਚੰਨ ਚੜਿਆ ਸਾਰੇ ਜੱਗ ਚ ਰੋਸ਼ਨੀ ਹੋਈ ਚੜਕੀ ਚ ਚੰਨ ਚੜਿਆ ਸਾਰੇ ਜੱਗ ਚ ਰੋਸ਼ਨੀ ਹੋ ਰੋਸ਼ਨੀ ਲਾਗ ਨਾ ਕੋਈ ਚੜ
ਕਰਕੀ ਜੇ ਜਨ ਚੜਿਆ ਸਾਰੇ ਜਗ ਚ ਰੋਸ਼ਨੀ ਹੋਈ ਚੜਕੀ ਜੋ ਜਨ ਚੜਿਆ ਸਾਰੇ ਜਗ ਚ ਰੋਸ਼ਨੀ ਰੋਣੇ ਪੱਲੇ ਪਾ ਗਏ ਹੋਵੇ ਆਸੇ ਲੈ ਉਹ ਲੁੱਟ ਕੇ ਕਿਹੜੀਆਂ ਗੱਲਾਂ ਤੋਂ ਐਵੇਂ ਬੈਠ ਜਾਂਦਾ ਰੁੱਸ ਕੇ ਰੋਣੇ ਪੱਲੇ ਪਾ ਗਏ ਹੋਵੇ ਆਸੇ ਲੈ ਉਹ ਲੁੱਟ ਕੇ ਉਹ ਚੰਨ ਨੂੰ ਹਜ਼ਾਰਾਂ ਦਾਗ ਨੇ ਮੇਰੇ ਦਾਦੇ ਨੂੰ ਦਾਗ ਨਾ ਧੋਈ ਚੜਕੀ ਚ ਚੰਨ ਚੜਿਆ ਜਗ ਚ ਰੋਸ਼ਨੀ ਹੋਈ ਚੜਕੀ ਚ ਚੰਨ ਚੜਿਆ ਸਾਰੇ ਜਗ ਚ ਰੋਸ਼ਨੀ ਹੋਈ ਸਾਰੇ ਜਗ ਚ ਰੋਸ਼ਨੀ ਹੋਈ ਸਾਰੇ ਜਗ ਚ ਰੋਸ਼ਨੀ ਦੁੱਧ ਵਾਲੇ ਨੇ ਹੁਣ ਨਾ ਚਰਨੀਆਂ ਨੇ ਆਓ ਕਈ ਦਿਨਾਂ ਤੋਂ ਮਨ ਬਣਾਇਆ ਤੇ ਗੱਲਾਂ ਤੇਰੇ ਨਾਲ ਕਰਨੀਆਂ ਨੇ ਆਏ ਦੁੱਧ ਵਾਲੇ ਨੇ ਬੜੀਆਂ ਜਰਨੀਆਂ ਹੁਣ ਨਾ ਕਿਸੇ ਦੀਆਂ ਚਰਨੀਆਂ ਨੇ ਚੁੱਪ ਚੁੱਪੀ ਤੇ ਦਿਨ ਬੜੇ ਕੱਟ ਲਏ ਵੇ ਹੁਣ ਮਨ ਆਈਆਂ ਹੀ ਕਰਨੀਆਂ ਨੇ ਵੇ ਹੁਣ ਮਨ ਆਈਆਂ ਹੀ ਕਰਨੀਆਂ ਨੇ ਛਟਕ ਦਰ ਨੂੰ ਜਾਵਾ ਆ ਉੱਠ ਜਾਗ ਗੁਣ ਗਿਣਿਆ ਵੇ ਆਓ ਆਇਆ ਕਿੱਥੇ ਸੌ ਗਿਆ ਛੜਪਾ ਆ ਤੈਨੂੰ ਵਾਜਾ ਰਾਰ ਜਗਾਵਾ ਆ ਉੱਠ ਜਾਗ ਗੁਣ ਗਿਣਿਆ ਵੇ
ਕੋਲਾ ਪੱਟ ਕੇ ਆਇਆ
ਆਓ ਰੋੜੇ ਪੱਲੇ ਪਾ ਗਿਆ ਦੇ ਆਸੇ ਰਹਿ ਗਿਆ ਲੁੱਟ ਕੇ ਮਾਲਕ ਤੂੰ ਹੈ ਗੱਦੀ ਦਾ ਮਾਲਕ ਤੂੰ ਹੈ ਗੱਦੀ ਦਾ ਤੈਨੂੰ ਛੱਡ ਕਿਧਰ ਲੂ ਜਾ ਜਹਾਜ ਗੁਰ ਗਿਆ ਤੈਨੂੰ ਆਜਾ ਮਾਰ ਜਗਾ ਔਖਾਰੀ ਰੋਣ ਵਾਲਿਆ ਤੈਨੂੰ ਆਜਾ ਮਾਰ ਜਗਾ ਆਲਾ ਵੱਟ ਕੇ ਫੜਿਆ ਕਿੱਥੇ ਫਸਾ ਰੁੜ ਗਿਆ ਸੀ ਸ਼ਰਪਾ
ਕਰਾ ਬਾਬੇ ਜਾਨਾ ਦਾਸ ਕਰਾ ਬਾਬੇ ਤਾਰੀ ਦਾਸ ਕਰਾ ਮਹਾਮਈ ਕਾਲ ਕਰਾ ਬਾਬੇ ਕਾਲ ਪਰ ਕਰਾ ਖੇਤ ਪਰਵਾ ਕਰਾ ਮਹਾਮਈ ਮਸਾਣੀ ਕਰਾ ਮਹਾਮਈ ਕਾਲ ਕਰਾ ਮੇਰੇ ਗੁਰੂ ਦੇ ਨਾਲ ਸਦਾਈਆ ਕੈਬ ਆਇਓ ਕਰਾ ਲੱਖ ਦਾ ਤੇ ਪੀਂਦ ਕਰਾ ਮੇਰੇ ਗੁਰੂ ਦੇ ਨਾਲ ਸਦਾ ਹੀ ਕਰਾ ਤੂੜੀ ਵਾਲੇ ਸਾਰਾ ਦਾ ਸਦਾ ਹੀ ਕਰਾ ਗੱਦੀ ਵਾਲੇ ਬਿਰਕਾਂ ਦਾ ਸਦਾ ਹੀ ਕਰਾ ਮੇਰੇ ਗੁਰੂ ਦੀ ਗੱਦੀ ਦਾ ਸਦਾ ਹੀ ਕਰਾ ਮੇਰੇ ਗੁਰੂ ਦੇ ਨਾਲ ਸਦਾ ਹੀ ਕਰਾ ਬਾਪੂ ਸਿੰਘ ਦੇ ਕਰਾ ਬਾਪੂ ਗੁਣਗਣੇ ਦਾਸ ਦਾ ਸਦਾਈ ਜਾ ਕਰਾ ਬਾਪੂ ਨਿੱਕੇ ਸਾਹ ਦਾ ਸਦਾਈ ਜਾ ਆਇਓ ਕਾਲੀ ਆਉਣ ਵਾਲੇ
ਗੱਡੀ ਵੇ ਮੇਰਾ ਕੰਮ ਕਰੇ ਤੂੰ ਛੇਤੀ ਵੇ ਬਾਬੇ ਦਾ ਕੋਈ ਵੀ ਹੁਕਮ ਲੈਣ ਤੋਂ ਪਹਿਲਾਂ ਇਸ ਦੁਆ ਦੀਆਂ ਤੈਨੂੰ ਤੇ ਤੇਰੇ ਨਾਲ ਗ੍ਰਹਿੜੇ ਲੱਖ ਲੱਖ ਵਧਾਈ ਹਾਂ ਵੀਰ ਮੇਰੇ ਆਪਾਂ ਕੋਈ ਬਹੁਤੀਆਂ ਗੱਲਾਂ ਨਹੀਂ ਕਰਦੇ ਬਾਬੇ ਤੋਂ ਆਪਾਂ ਹੁਕਮ ਲੈਂਦੇ ਹਾਂ ਦੁਆਣ ਮਨਜ਼ੂਰ ਕਰਾਉਂਦੇ ਹਾਂ ਕਈ ਬਾਬਾ ਕੀ ਕਹਿੰਦਾ ਆਈ ਸ਼ੌਂਕ ਲਾ ਗੇੜਾ ਹਰੀ ਹੋਣ ਵਾਲੇ ਹਾਵੇ ਸ਼ੌਂਕ
ਬਹੁਤ ਦੀਆਂ ਗੱਲਾਂ ਨਹੀਂ ਕਰਦੇ, ਬਾਬੇ ਨੇ ਜੋ ਹੁਕਮ ਦਿੱਤਾ ਉਹੀ ਕਰਾਂਗੇ। ਵੀਰ ਮੇਰਾ ਮੈਨੂੰ ਇੱਕ ਨਾਂ ਦੱਸ ਦੀ ਸਿਰਫ, ਇਹ ਬੋੜ ਸਿੰਘ ਨਾਂ ਕੀ ਦਾ ਡੈਡੀ ਦਾ ਤੇਰੇ ਦਾ ਕਿਆ ਬਾਬਾ ਆਯੋ ਜਕਾਰਾ ਬਾਪੂ ਗੁਣਗਣੇ ਸਾਧਾ, ਜਕਾਰਾ ਬਾਪੂ ਨਿੱਕੇ ਸਾਧਾ। ਹਾਂ ਵੀਰ ਮੇਰਾ, ਮੇਰੇ ਸੰਤ ਦਾ, ਮੇਰੇ ਫਕੀਰ ਦਾ, ਮੇਰੇ ਸਾਧ ਦਾ ਐਸਾ ਹੁਕਮ ਹੈ, ਕਹਿੰਦਾ ਤੇਰਾ ਅੱਜ ਦਾ ਦੀਵਾਨ ਮਨਜ਼ੂਰ ਹੈ। ਕਹਿੰਦਾ ਜੋੜਾ ਨਿਆਜਾਂ ਕੜਾਈਆਂ ਸੱਕਰ ਪਤਾਸੇ ਤੰਦ ਫੁੱਲਾਂ ਤੇ, ਕਹਿੰਦਾ ਮਨਜ਼ੂਰ ਹੈ। ਕਹੀ ਬਾਬਾ ਆਯੋ ਗੱਲ ਹੋਰ ਦੱਸੀ ਕਿ ਇਹ ਕਾਫੀ ਟਾਈਮ ਤੋਂ ਜੋਤ ਬੱਤੀਆਂ ਬਾਬਿਆਂ ਨੂੰ ਬੰਦ ਕਰ ਰੱਖਿਆ ਸੀ, ਕੀ ਕਾਰਨ ਪੈ ਗਿਆ ਵੀਰੇ? ਠੀਕ ਹੈ ਵੀਰੇ, ਜਦੋਂ ਦਾ ਬਾਬੇ ਦੇ ਲੜ ਲੱਗਿਆ ਦੱਸ ਕਿੰਨਾ ਕੁ ਫਾਇਦਾ ਹੋਇਆ ਕਿ ਨਹੀਂ ਹੋਇਆ? ਹੋਇਆ ਵੀਰਿਆ ਕਹੀ ਬਾਬਾ ਆਯੋ ਸਰ ਲਾਸ਼ ਤੇਰਾ ਇੱਕ ਪਟਾਕੇ ਪੋਣਾ, ਇਹ ਲਾਸ਼ ਤੇਰਾ ਓ ਇੱਕ ਪਟਾਕੇ ਪੋਣਾ, ਇਹ ਲਾਸ਼ ਤੇਰਾ ਇੱਕ ਪਟਾਕੇ ਪੋਣਾ, ਇਹ ਸਾਰਾ ਕਿੱਥੇ ਰਹਿ ਗਿਆ? ਹਾਂ ਵੀਰੇ, ਬਾਬੇ ਦੀ ਪੰਜ ਕਾਬੜੀ ਦਿੱਤੀ, ਸਭ ਕੁਛ ਕੀਤਾ, ਇੱਥੇ ਲੈ ਕੇ ਨਹੀਂ ਰੱਖੀ ਵੀਰ ਮੇਰਾ, ਉਹ ਰੱਖ ਦੇ ਠੀਕ ਹੈ। ਹਾਂ ਬਾਬਾ, ਮੇਰੇ ਬਾਬੇ ਦਾ ਐਸਾ ਹੁਕਮ ਹੈ, ਕਹਿੰਦਾ ਆਈ ਸੰਗਤ ਦੀ ਚੌਂਕੀ ਮਨਜ਼ੂਰ ਹੈ। ਧੰਨ ਹੈ ਬਾਬਾ, ਮੇਰਾ ਸਾਜ ਕਹਿੰਦਾ ਸਾਜੀਆਂ ਦਾ ਸਾਜ ਮਨਜ਼ੂਰ ਹੈ। ਓ ਧੰਨ ਹੈ ਬੜਿਆ, ਗਾਉਣ ਵਾਲੇ ਦੀ ਆਵਾਜ਼ ਮਨਜ਼ੂਰ। ਓ ਧੰਨ ਹੈ ਬਾਬਾ, ਜੋ ਅੱਜ ਦਾ ਆਰੰਭ ਰੰਭਿਆ ਇਹ ਅੱਜ ਦਾ ਦੀਵਾਨ ਮਨਜ਼ੂਰ ਹੈ। ਵੀਰ ਮੇਰਾ ਤੇਰਾ ਲੰਗਰ ਮਨਜ਼ੂਰ ਹੈ। ਧੰਨ ਹੈ ਬਾਬਾ। ਹਾਂ ਵੀਰ ਮੇਰਾ, ਟੇਕ ਕੇ ਮੱਥਾ ਬਹਿ ਜਾ, ਕਈ ਬਾਬਾ ਅੱਗੇ ਕੀ ਕਹਿੰਦਾ ਆਇਓ। Oh, 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 oh,
ਜੇ ਲਾਸ਼ ਤੇਰਾ ਵੇਖ ਪਟਾਕੇ ਵੇਖ ਪਟਾਕੇ ਪੋਣਾ ਤੇ ਜੇ ਲਾਸ਼ ਤੇਰਾ ਵੇਖ ਪਟਾਕੇ ਪੋਣਾ ਹੀ ਹੈ ਜਕਾਰਾ ਬਾਪੂ ਗੁਣ ਗਣੇਂਦਾ ਜਕਾਰਾ ਮੇਰੇ ਗੁਰੂ ਦੇ ਨਾਮ ਦਾ। ਹਾਂ ਭਾਈ ਓਏ ਮੇਰੇ ਸਾਥ ਦਾ ਐਸਾ ਹੁਕਮ ਹੈ ਕਹਿੰਦਾ ਕਿਸੇ ਦੇ ਘਰ ਦੀ ਬਾਬਤ ਕਣ ਹੋਣ ਕਿਸੇ ਦੇ ਘਰ ਬਾਰੇ ਕਣ ਹੈ ਭਾਈ ਘਰ ਵਾਸਤੇ ਕਣ ਪਾਇਆ ਘਰੇ ਕੋਈ ਦਿੱਕਤ ਪਰੇਸ਼ਾਨੀ ਰਹਿੰਦੀ ਹੈ ਜੇ ਕੋਈ ਹੈ ਤਾਂ ਹਾਜ਼ਰ ਹੋ ਜਾਓ ਭਾਈ ਉਸ ਬੰਦੇ ਦੇ ਘਰ ਚ ਕਿਸੇ ਇੱਕ ਜੀਹ ਤੇ ਦਿੱਕਤ ਪੈਂਦੀ ਹੋਵੇ ਨਾਲ ਹੋਰ ਸਰੀਰਕ ਤੌਰ ਨਹੀਂ ਬਾਬਾ ਆਇਓ ਬੋਤਲ ਜੋਂਦ ਸੁਣਾ ਤੂੰ ਬੰਗਰਾ ਕਾਲੀ ਰੋਣ ਜੇ ਤੇਰਾ ਡੇਰਾ ਬੋਤਲ ਜੋਂਦ ਸੁਣਾ ਤੂੰ ਜੋਗਿਆ ਕਾਲੀ ਰੋਣ ਜੋ ਤੇਰਾ ਡੇਰਾ ਬੋਤਲ ਜੋਂਦ ਸੁਣਾ ਤੂੰ ਬੰਗਰਾ ਕਾਲੀ ਰੋਣ ਜੋ ਤੇਰਾ ਡੇਰਾ ਹਾਂ ਵੀਰੇ ਮੈਨੂੰ ਇੱਕ ਨਿੱਕੀ ਜਿਹੀ ਗੱਲ ਦੱਸੀ ਤੇਰੇ ਸਾਰੇ ਪਰਿਵਾਰ ਚ ਤੇਰੇ ਵੱਡੇ ਪਰਿਵਾਰ ਚ ਤਿੰਨ ਭਰਾਵਾਂ ਦਾ ਪਰਿਵਾਰ ਕੀ ਦੱਸ ਜਾਂ ਕੀ ਦਾ ਹੈ ਤਿੰਨ ਭਰਾ ਹੁਣ ਤੇਰੇ ਪਿੱਛੇ ਤੇਰੇ ਵੱਡਿਆਂ ਚ ਕੋਈ ਨੀ ਗਾ ਵੀਰ ਮੇਰਿਆ ਹੈ ਬਲਦੇਵ ਨਾਂ ਕਿਹਦਾ ਵੀਰੇ ਕਈ ਬਾਬਾ ਹਾਂਜੀ
ਸਵਾਨਾ ਵਿੱਚ ਮਾਰਜ ਹੋ ਗਿਆ ਲੰਬੀ ਜੀ ਨਿਗਾ ਲੰਬੀ ਜੀ ਨਿਗਾ ਤੂੰ ਕਿਤੇ ਮਹਾਰਜ ਹੋ ਗਿਆ ਲੰਬੀ ਜੀ ਨਿਗਾ ਲੰਬੀ ਜੀ ਨਿਗਾ ਤੂੰ ਕਿਤੇ ਮਹਾਰਜ ਹੋ ਗਿਆ ਲੰਬੀ ਜੀ ਨਿਗਾ ਅਸਮਾਨਾਂ ਵਿੱਚ ਤਾਰਜ ਹੋ ਗਿਆ ਚੰਨ ਅਸਮਾਨਾਂ ਵਿੱਚ ਤਾਰਜ ਹੋ ਗਿਆ ਵੇ ਕੋਈ ਲੰਬੀ ਜੀ ਨਿਗਾ ਲੰਬੀ ਜੀ ਨਿਗਾ ਤੂੰ ਕਿਤੇ ਮਾਰਜ ਹੋ ਗਿਆ ਵੇ ਕੋਈ ਲੰਬੀ ਜੀ ਨਿਗਾ ਲੰਬੀ ਜੀ ਨਿਗਾ ਤੂੰ ਕਿਤੇ ਮਾਰ ਮਹਾਵਨਾ ਵੇ ਕੋਈ ਆਓ ਦੇਖ ਗੋਰ ਨਾਲ ਕਿੱਥੇ ਰਹਿ ਗਏ ਵੀਰ ਮੇਰੇ ਕੀ ਇੱਕ ਸਿੱਖ ਨੂੰ ਮੰਨਦੇ ਆ ਪੰਜ ਕਾਪੜੀ ਵਾਲੇ ਨੂੰ ਲੱਸੀ ਵਾਲੇ ਹੈ ਮੰਨਦੇ ਆ ਠੀਕ ਆ ਦੂਜੀ ਗੱਲ ਇਹ ਕਿਸੇ ਕੋਈ ਸਰੀਰ ਜਨਾਨੀ ਦੇ ਸਰੀਰ ਤੇ ਦਿੱਕਤ ਬਣਦੀ ਹੈ ਵੀਰ ਮੇਰੇ ਕਰਦੇ ਆ ਕਈ ਬਾਬਾ ਆਇਓ ਅਸਮਾਨਾਂ ਵਿੱਚ ਮਾਰਜ ਹੋ ਗਿਆ ਕੋਈ ਲੰਬੀ ਜੀ ਨਿਗਾ ਲੰਬੀ ਜੀ ਨਿਗਾ ਤੂੰ ਕਿਤੇ ਮਾਰਜ ਹੋ ਗਿਆ ਵੇ ਕੋਈ ਲੰਬੀ ਜੀ ਨਿਗਾ ਵੀਰ ਮੇਰਿਆ ਮੈਨੂੰ ਗੱਲ ਦੱਸੀ ਕੋਈ ਪੇਟ ਚ ਦਿੱਕਤ ਕਿਸੇ ਦੇ ਬਣ ਜਾਂਦੀ ਆ ਸਹਿ ਢਿੱਡ ਚ ਤੋਂ ਦੁਖਣ ਲੱਗ ਗਿਆ ਤੇਰੇ ਬਣਦੀ ਆ ਭੈਣੇ ਠੀਕ ਆ ਦੂਜੀ ਗੱਲ ਦੱਸੀ ਕਿ ਕੋਟਲੇ ਵਾਲੇ ਵੀਰ ਨੂੰ ਮੰਨਦੇ ਆ ਵੀਰ ਮੇਰਿਆ ਠੀਕ ਆ ਲਾਲਾਂ ਵਾਲੇ ਵੀਰ ਨੂੰ ਠੀਕ ਆ ਮਹਾਮਾਈ ਕਾਲਕਾ ਨੂੰ ਇਹਨੂੰ ਮੰਨਦੇ ਆ ਠੀਕ ਮੈਨੂੰ ਇਹ ਮਾਤਾ ਗੱਲ ਦੱਸੀ ਕਾਲਜਾ ਦੁਖਣ ਲੱਗ ਜਾਂਦਾ ਇੱਥੇ ਢਿੱਡ ਪੇਟ ਫੜਿਆ ਜਾਂਦਾ ਇਹ ਠੀਕ ਆ ਕਈ ਬਾਬਾ ਆਇਓ ਇਤੀ ਦੇਰ ਹੁੰਦੀ ਕਾਲ ਕਾਵੇ ਖੱਬੇ ਮੋਢੇ ਨਾਲ ਫੱਕਰਾ ਮਸਾਰੀ ਹੁੰਦੀ ਆ ਉਹ ਜਦੀ ਜਦੀ ਗੱਦੀ ਹੁੰਦੀ ਆਇਆ ਬਾਬਲਾ ਛੇਦੀ ਜਦੀ ਗੱਦੀ ਹੁੰਦੇ ਮੋੜ ਬਾਬਲਾ ਵੇ ਤੇਰੇ ਨਾਲ ਕਲਰਾਣੀ ਨਾਲ ਕਲਰਾਣੀ ਰਾਣੀ ਹੁੰਦੀ ਆ ਸੱਜੇ ਮੋਢੇ ਨਾਲ ਖੜੀ ਹੁੰਦੀ ਕਾਲ ਕਾਵੇ ਖੱਬੇ ਮੋਢੇ ਨਾਲ ਫੱਕਰਾ ਮਸਾਰੀ ਹੁੰਦੀ ਆ ਲਿਆ ਵੱਟ ਕੇ ਕਿਤੇ ਸੋਇਆ ਵੈਰੀਆ
ਹਾਂ ਵੀਰੇ ਇੱਕ ਗੱਲ ਹੋਰ ਦੱਸੀ, ਇਹ ਬੱਚੇ ਵਾਲੀ ਦਿੱਕਤ ਕਿਹਨੂੰ ਪੈ ਗਈ ਸੀ ਵੀਰੇ? ਮੇਰੇ ਬੱਚਾ ਲੇਟ ਹੋਣ ਸੋਡੇ ਹੀ ਆ, ਹੋਇਆ ਨੀ ਗਾ ਆਯੋ ਕਿੰਨਾ ਟਾਈਮ ਹੋ ਗਿਆ ਵੀਰ ਮੇਰਿਆ ਤੁਹਾਡੇ ਵਿਆਹ ਨੂੰ? 16-17 ਸਾਲ ਹੋ ਗਏ। ਕੋਈ ਬਾਬਿਆਂ ਕੋਲੇ ਬਥੇਰਿਆਂ ਕੋਲੇ ਗਏ ਹੋਊਗੇ ਹੈ? ਨਹੀਂ ਗਏ, ਅੱਜ ਤਾਂ ਹੀ ਨਹੀਂ ਗਏ ਭੈਣੇ। ਇੱਕ ਗੱਲ ਦੱਸੀ, ਪਿੰਡੇ ਦੇ ਨੀਲ ਕਿਤੇ ਪੈ ਜਾਂਦੇ? ਤੁਹਾਡੇ ਹੀ ਪੈਂਦੇ ਆ ਭੈਣੇ। ਕਹੀਂ ਬਾਬਾ ਓਏ ਆਇਓ ਕਿ ਬਾਬੇ ਖੇਤਪਾਲ ਨੂੰ ਮੰਨਦੇ ਆ? ਹਾਂ ਠੀਕ ਹੈ ਵੀਰ ਮੇਰਿਆ। ਦੂਜੀ ਗੱਲ ਦੱਸੀ, ਤੇਰੇ ਘਰ 'ਚ ਇੱਕ ਨੌਜਵਾਨ ਬੰਦੇ ਦੀ ਮੌਤ ਹੋਈ ਆ, ਕੌਣ ਆ? ਚਾਚੇ ਦਾ ਮੁੰਡਾ ਨਹੀਂ ਹੋ ਪਾਏ ਆਯੋ ਆਵਾਜ਼ ਕਿਹਨੂੰ ਆਈ ਦੀ ਆ? ਤੈਨੂੰ ਪੈਂਦਾ ਵੀਰ ਮੇਰਿਆ। ਦੂਜੀ ਗੱਲ ਦੱਸੀ, ਸੁੱਤੇ ਪਿਆਂ ਨੂੰ ਆ ਕੇ ਨੱਪ ਲੈਂਦਾ ਬੰਦਾ, ਨੱਪਦਾ ਭੈਣੇ ਹੈਂ ਨੱਪਦਾ? ਕਈ ਬਾਬਾ ਆਯੋ
ਰਿਸਾ ਤੇਰੀਆਂ ਨਹੀਂ ਰਿਸਾ, ਨਹੀਂ ਰਿਸਾ, ਨਹੀਂ ਰਿਸਾ ਤੇਰੀਆਂ ਨਹੀਂ ਰਿਸਾ। ਵੀਰ ਮੇਰਿਆ ਦਾਰੂ ਕੌਣ ਪੀਂਦਾ? ਸਪਰੇ ਪੀ ਕੇ ਬੰਦਾ ਕੌਣ ਮਰਿਆ? ਤੇਰਾ ਭਣੋਈਆ ਸੀ ਨਹੀਂ ਬਾਬਾ? ਆਹ ਸੁੱਕਾ ਲੰਘੇ ਨਾ ਭੂਤ ਨਾ ਜਾਵੇ, ਸਾਲ ਕੋਈ ਕਾਰਾ ਕਰੂਗਾ ਰੱਜਿਆ ਢਿੱਲੇ ਦੇ ਉੱਤੋਂ ਆਵੇ, ਸਾਲ ਕੋਈ ਕਾਰਾ ਕਰੂਗਾ ਰੱਜਿਆ ਢਿੱਲੇ ਦੇ ਉੱਤੋਂ ਆਵੇ, ਸਾਲ ਕੋਈ ਕਾਰਾ ਕਰੂਗਾ। ਫਿਰ ਮੇਰੇ ਮੈਂ ਇੱਕ ਨਿੱਕੀ ਜਿਹੀ ਛੋਟੀ ਜਿਹੀ ਗੱਲ ਦੱਸੀ, ਇਹ ਉੱਪਰੀ ਕਸਰ ਜਾਂ ਪੌਣ ਕਿਤੇ ਚੱਲਦੀ ਰਹੀ ਆ? ਤੇਰੇ ਤੇ ਚੱਲਦੀ ਸੀ ਕਈ ਬਾਬਾ ਕਰੂਗਾ ਉਹ ਲਿਆ ਪੱਟ ਕੇ ਕਿਤੇ ਸੋ ਗਿਆ। ਇਹ ਵੀਰ ਮੇਰੇ ਤੁਸੀਂ ਘਰ ਜਾਂ ਜਗ੍ਹਾ ਕੋਈ ਬਦਲੀ ਹੈਗੀ ਆ? ਦੂਜੇ ਥਾਂ ਗਏ ਹੈਗੇ ਆ? ਠੀਕ ਆ ਵੀਰ ਮੇਰਿਆ, ਇੱਕ ਹੋਰ ਗੱਲ ਦੱਸੀ, ਕੋਟਲੇ ਵਾਲੇ ਵੀਰ ਨੂੰ ਮੁੱਢ ਤੋਂ ਮੰਨਦੇ ਆ ਜਾਂ ਕਿਸੇ ਦੇ ਕਹਿਣ ਤੇ ਮੰਨਣ ਲੱਗੇ ਆ? ਕਹਾਣਾ ਦੱਸ ਕੁਛ ਵੀ, ਜਿੰਨਾ ਪੁੱਛੀਆਂ ਨਾ ਉਹਨਾਂ ਦੱਸਦੇ, ਆਪੇ ਭਾਲ ਕੇ ਲੈ ਆਊਂਗਾ। ਠੀਕ ਆ ਬਾਬਾ, ਇਹ ਮੁੱਢ ਤੋਂ ਹੀ ਮੰਨਦੇ ਆ। ਤੇਰੇ ਤੋਂ ਪਹਿਲਾਂ ਪੌਣ ਕਿਤੇ ਚੱਲਦੀ ਰਹੀ ਆ ਬਾਬਾ? ਸਾਰਾ ਕਰੂੰਗਾ, ਗੱਲ ਦੱਸੀਆਂ ਜੀ ਜਿਵੇਂ ਪੁੱਛੀ ਆ ਨਾ ਦੱਸੀਆਂ ਜੀ। ਠੀਕ ਆ, ਤੇਰੇ ਤੋਂ ਪਹਿਲਾਂ ਕਿਤੇ ਚੱਲਦੀ ਰਹੀ ਆ? ਤੇਰੇ ਭਰਾ ਇਹ ਉਸ ਤੋਂ ਪਹਿਲਾਂ ਨਹੀਂ ਪਤਾ ਬਾਬਾ? ਹਾਂ, ਇਹ ਕੋਈ ਪਿੰਡ ਬਦਲਿਆ ਬਾਬਾ, ਬਦਲਿਆ ਬਾਬਾ, ਇਹ ਕਿਸੇ ਨੇ ਚਿਰਾਗ ਚੱਕ ਕੇ ਪਾਸੇ ਕਰਤੇ ਸੀਗੇ ਬਾਬਾ, ਚਿਰਾਗ ਲਾਉਣੇ ਬੰਦ ਕਰਤੇ। ਹਾਂ ਕੀਤੇ ਆ ਨਹੀਂ ਬਾਬਾ? ਹਾਂਜੀ।
ਬਾਬਾ ਤੈਨੂੰ ਪਤਾ ਹੋਵੇ, ਤੈਨੂੰ ਸੁਰਤ ਹੋਵੇ, ਜਦੋਂ ਚਿਰਾਗ ਬੰਦ ਕੀਤੀ ਆ ਕੋਈ ਤੈਨੂੰ ਪਤਾ ਸੀ? ਖੇਤ ਰਹਿੰਦੇ ਸੀ, ਢਾਣੀ ਸੀਗੀ ਬਾਬਾ, ਹੈਂ ਉੱਥੋਂ ਆਏ ਜਦੋਂ ਉਦੋਂ ਚਿਰਾਗ ਬੰਦ ਕਰਤੇ? ਇਹ ਕਿੰਨਾ ਟਾਈਮ ਹੋ ਚੱਲਿਆ ਬਾਬਾ? ਇੱਕ ਇੱਥੇ ਜੇ ਹੋਰ ਗੱਲ ਦੱਸੀ ਕਿ ਬਾਬਾ ਇੱਕ ਸਾਧ ਨੂੰ ਮੰਨਦੇ ਆ, ਇਹ ਭਗਵੇਂ ਲੀੜੇ ਵਾਲਾ ਬਾਬਾ, ਭਗਵੇਂ ਲੀੜੇ ਦਿੰਦੇ ਸੀਗੇ ਇਹਦੇ ਕਈ ਬਾਬਾ ਆ ਸਾਰਾ ਵੇ ਗਣ ਗਿਆ ਸਾਰਾ ਵੇ ਗੁਣ ਗਿਆ ਮੇਰਾ ਕੰਮ ਕਰੀ ਤੂੰ ਛੇਤੀ ਰੇ, ਨਾ ਦਾਰੂ ਦੀ ਪੇਟੀ ਰੇ, ਮੇਰਾ ਕੰਮ ਕਰੀ ਤੂੰ ਛੇਤੀ ਰੇ। ਬਾਬਾ ਗੱਲ ਦੱਸੀ ਕੀ ਇਹ ਤੁਹਾਡਾ ਪਿੱਛਾ ਕੋਈ ਪੰਜਾਬ ਦਾ ਬੰਦਾ ਹੈ? ਹੋਰ ਬਾਬਾ ਰਾਜਸਥਾਨ ਦੀ ਆ, ਇਹ ਉੱਥੋਂ ਢਾਣੀ ਚੋਂ ਚੱਕ ਕੇ ਜਗ੍ਹਾ ਬਦਲੀ ਹੈ, ਠੀਕ ਆ। ਇਹ ਬਾਬਾ ਕੋਈ ਦਾਰੂ ਦਿੰਦੇ ਸੀਗੇ ਕਿਸੇ ਦੀ? ਅੱਜ ਤਾਂ ਹੀ ਨਹੀਂ ਦਿੱਤੀ, ਠੀਕ ਆ ਬਾਬਾ। ਇਹ ਚਾਰ ਭਰਾ ਕੌਣ ਸੀ? ਬਾਬਾ ਦੋ ਜਾਂ ਢਾਈ ਕਿੱਲੇ ਪੈਲੀ ਕਿਤੇ ਪੈਂਦੀ ਆ ਜਾਂ ਢੱਕ ਪੈਂਦਾ ਹੋਵੇ? ਹੈ ਨੀ ਬਾਬਾ, ਚਾਰ ਭਰਾ ਵੀ ਹੈ ਨੀ। ਤੇਰੇ ਪਿਤਾਰ ਕੇ ਕਿੰਨੇ ਸੀ? ਤੇਰੇ ਪਿਤਾਰ ਕੇ ਪੰਜ ਸੀ, ਪੰਜੇ ਦੇ ਪੰਜੇ ਹਰੀ ਕਾਇਮ ਸੀ, ਹੈਂ ਪੰਜੇ ਦੇ ਪੰਜੇ ਉਮਰ ਲੈ ਕੇ ਗਏ ਆ। ਇੱਕ ਗਿਆ ਵਿੱਚੋਂ ਨੌਜਵਾਨ ਗਿਆ, ਪਿੱਛੇ ਰਹਿ ਗਏ ਚਾਰ, ਰਹਿ ਗਏ ਨਾ। ਹਾਂ ਬਾਬਾ, ਬਾਬਾ ਸੀ ਪੰਜ, ਇੱਕ ਨੌਜਵਾਨ ਗਿਆ ਵਿੱਚੋਂ ਆਈ ਗਿਆ। ਹੋਰ ਬਾਬਾ, ਬਾਬਾ ਇੱਕ ਗੱਲ ਦੱਸੀ, ਦੂਜੀ ਫਾਹਾ ਲੈ ਕੇ ਬੰਦਾ ਕੌਣ ਮਰਿਆ? ਨਹੀਂ ਮਰਿਆ ਬਾਬਾ, ਚੱਲੀ ਬਾਬਾ ਸ਼ਰਾਬੀ ਸ਼ਰਾਬੀ
ਬੈਗ ਟਕਰਾਉਣਾ ਗੁਰੂ ਗਿਆ ਹੋ ਗਏ ਰਾਬੀ ਆਉਣਾ ਹੋ ਗਏ ਰਾਬੀ ਆਉਣਾ ਗੁਰੂ ਗਿਆ ਹੋ ਗਏ ਰਾਬੀ ਆਉਣਾ ਗੱਲ ਦੱਸੀ ਇਹ ਟੈਗ ਜਾਂ ਇੱਕ ਸਾਈਡ ਤੇ ਤਰੰਗ ਦੀ ਡਿੱਗ ਕਿਹਨੂੰ ਹੋ ਗਈ ਸੀ ਬੰਦੇ ਨੂੰ ਕੁਛ ਨੀ ਹੋਇਆ ਪਰ ਇੱਕ ਦਿੱਕਤ ਬਣ ਗਈ ਸੀ ਇੱਕ ਸਾਈਡ ਤੇ ਇੱਕ ਲੱਤ ਤੇ ਬਣ ਗਈ ਹੋਵੇ ਟੈਗ ਦੀ ਬਣ ਗਈ ਹੋਵੇ ਪਰ ਇੱਕ ਸਾਈਡ ਤੇ ਦਿੱਕਤ ਬਣੀ ਆ ਬਾਬਾ ਕਿਹਦੇ ਬਣੀ ਆ ਇੰਨੀ ਗੱਲ ਦੇ ਦੇ ਤੇਰੀ ਹੁੰਦਾ ਬਾਬਾ ਹਾਂ ਬਾਬਾ ਓਏ ਬਾਬਾ ਮੈਨੂੰ ਧੂਣਾ ਵਿਖਾਉਂਦਾ ਇੱਕ ਲੱਗਿਆ ਸੀ ਬਾਬਾ ਗੋਲ ਧੂਣਾ ਸੀ ਹੈਂ ਠੀਕ ਆ ਬਾਬਾ ਇੱਕ ਹੋਰ ਨਿੱਕੀ ਗੱਲ ਦੇ ਦੀ ਭਗਵੇਂ ਕੱਪੜਿਆਂ ਚ ਬੰਦਾ ਦੀ ਨਾ ਬਾਬਾ ਹੈ ਬਾਬਾ ਇੱਕ ਨੌਜਵਾਨ ਹੀ ਹੁੰਦਾ ਕੋਈ ਬਾਹਲੀ ਵੱਡੀ ਉਮਰ ਦਾ ਹੈ ਨੀ ਗਾ ਆਈ ਆਣਾ ਬਾਬਾ ਠੀਕ ਆ ਇੱਕ ਕਾਲੇ ਕੱਪੜਿਆਂ ਚ ਬੰਦਾ ਦਿਖਿਆ ਕਦੇ ਸਵਾਦ ਨੀਂਦਾ ਬਾਬਾ ਵੀ ਕਈ ਬਾਬਾ ਓਏ ਆ ਸਾਨੂੰ ਚਰਖੀ ਮਲੰਗਾ ਤੇਰੀ ਲੋ ਆਓ ਅਰਜੇ ਨਾ ਪੁੱਛ ਫਕਰਾ ਛੇਤੀ ਛੇਤੀ ਗੱਲ ਕੋਈ ਬਾਹਰ ਤੁਸੀਂ ਗਾਣੇ ਵੇ ਉਹ ਸਮਝੇ ਨਾ ਗੱਲ ਤੇਰੀ ਬੱਚਿਆਂ ਦੇ ਆਣੇ ਵੇ ਛੇਤੀ ਛੇਤੀ ਗੱਲ ਤੇਰੀ ਬਾਹਰ ਤੁਸੀਂ ਗਾਣੇ ਵੇ ਬਾਬਾ ਇੱਕ ਗੱਲ ਦੱਸੀ ਤੇਰੇ ਤੇ ਤੇਰੇ ਭਰਾ ਤੋਂ ਪਹਿਲਾਂ ਇੱਕ ਪੌਣ ਹੋਰ ਚੱਲਦੀ ਰਹੀ ਹੈ ਕਿਸੇ ਬੰਦੇ ਤੇ ਹੈ ਬਾਬਾ ਗਾ ਹੈਂ ਇਹ ਨੌਜਵਾਨ ਬੰਦਾ ਗਿਆ ਏ ਤੇ ਪੌਣ ਚੱਲਦੀ ਰਹੀ ਆ ਅਨੰਤ ਪੌਣ ਚੱਲਦੀ ਹੁੰਦੀ ਸੀ ਹੈਂ ਤੇਰੇ ਪਰਿਵਾਰ 'ਚ ਚੱਲਦੀ ਰਹੀ ਆ ਤੇਰੀ ਇਸ ਪੀੜ੍ਹੀ ਤੋਂ ਪਿੱਛੇ ਤੇਰੇ ਪਿਤਾ ਵਰਗਿਆਂ ਦੀ ਪਿੱਛੇ ਪੀੜ੍ਹੀ ਚੱਲਦੀ ਰਹੀ ਹੈ ਪੌਣ ਚੱਲ
ਬਾਪੂ ਇਹ ਤਾਂ ਪਹਿਲਾਂ ਹੀ ਵੱਟ ਲਿਆਂਦੀ ਉਹ ਚਾਰ ਪੰਜ ਭਰਾਵਾਂ 'ਚ, ਇੱਕ ਗਿਆ ਤੇ ਚਾਰ ਰਹਿ ਗਏ ਮਗਰ। ਇਹ ਉਹੀ ਆ ਨਾ ਬਾਬਾ, ਬਾਬਾ ਇਹ ਉਸੇ ਤੇ ਬਾਬੇ ਦੀ ਸ਼ਾਨ ਚੜ੍ਹਦੀ ਲਈ ਹੈ, ਗੁੱਸੇ 'ਚ ਅੱਖਾਂ ਲਾਲ ਹੋ ਜਾਂਦੀਆਂ ਦਿਰੀਆਂ। ਆਨੰਦ ਕੀ ਕਮਾਉਣ ਬਾਬਾ, ਛੱਡ ਛੱਡ ਇੰਨਾ ਕੋ ਗੁੱਸਾ ਚੜ੍ਹਦਾ ਤੈਨੂੰ, ਗੱਲ ਦੇ ਅੜਦਾ ਨੂੰ ਗੱਲ ਮੰਨਦਾ ਨੀ ਗਾ ਉਹ। ਇਹ ਸਾਰੀ ਉਸੇ ਬੰਦੇ ਤੇ ਤੇਰੇ ਦਾਦਿਆਂ ਦੀ ਥਾਂ ਲੱਗਦਾ ਹੈਗਾ, ਇਹ ਉਸੇ ਤੇ ਗੱਲ ਲੜੀ ਆ। ਤੈਨੂੰ ਆਪ ਨੂੰ ਦਰਸ਼ਨ ਦੇ ਕੇ ਜਾਂਦਾ, ਤੈਨੂੰ ਪਹਿਲਾਂ ਆਵਾਜ਼ ਮਾਰ ਕੇ ਦੱਸ ਜਾਂਦਾ ਹੀ ਹੋਣ ਵਾਲੀ ਗੱਲ, ਦੱਸਦਾ ਸੀਗਾ ਕਿ ਨਹੀਂ ਬਾਬਾ ਕਈ ਬਾਬਾ ਆਯੋ ਜਿਹੜੀਆਂ ਗੱਲਾਂ ਤੋਂ ਐਵੇਂ ਵਹਿ ਜਾਂਦਾ ਰੁੱਸ ਕੇ, ਕਬੀਰ ਮੇਰਿਆ ਮੈਨੂੰ ਹੋਰ ਗੱਲ ਦੱਸੀ। ਹਾਂ ਦੂਜੀ ਵਾਰ ਜਦੋਂ ਜੋਤਾਂ ਲਾਈਆਂ ਕਿਸੇ ਦੇ ਕਹਿਣ ਤੇ ਲਾਈਆਂ ਕਿ ਆਪ ਹੀ ਲਾ ਲਈਆਂ ਸੀ। ਤੁਹਾਡੇ ਭਰਾ ਨੂੰ ਪਤਾ ਇਹ ਤੁਹਾਡਾ ਭਰਾ ਜਿਉਂਦਾ ਹੋਣਾ ਅੱਜ ਦੇ ਟਾਈਮ ਹੈ, ਬਣਦੀ ਆ ਉਹਦੇ ਨਾਲ ਜਮਾਂ ਇੱਕ। ਠੀਕ ਹੈ ਵੀਰ ਮੇਰਿਆ, ਮੈਨੂੰ ਬਾਬਾ ਇਹ ਦਿਖਾਉਂਦਾ ਵੀ ਜੋਤਾਂ ਆਪਣੇ ਲਾਈਆਂ। ਹਾਂ ਦੂਜੀ ਗੱਲ ਇੱਕ ਹੋਰ ਦੱਸੀ ਵੀਰ ਮੇਰਿਆ, ਇਹ ਨੌਜਵਾਨ ਜਨਾਨੀ ਕੌਣ ਮਰੀ ਆ? ਇਹ ਬਾਬਾ ਤੇਰੇ ਪਰਿਵਾਰ ਦੀ ਹੈਣੀ ਗੀ ਭੈਣੇ, ਤੂੰ ਇਹ ਕੁੜੀ ਦੇ ਨਾਲ ਕੋਈ ਸੰਬੰਧ ਆ ਇਹਦਾ? ਤੁਹਾਡੀ ਮੰਮੀ ਮੁੱਕੀ ਆਈ ਵੱਡੀ, ਠੀਕ ਆ ਭੈਣ ਮੇਰੀਏ। ਹਾਂ ਬਾਬੇ ਦੇ ਨਾਂ ਦੇ ਇੱਕ ਤਾੜੀ ਲਾ ਦਿਓ।
ਭੈਣ ਮੇਰੀ ਮੈਨੂੰ ਇੱਕ ਗੱਲ ਦੱਸੀ, ਜਦੋਂ ਤੇਰਾ ਵਿਆਹ ਹੋਇਆ ਉਦੋਂ 3-4 ਦਿਨਾਂ ਬਾਅਦ ਇਹਨੂੰ ਦਿੱਕਤ ਬਣ ਗਈ ਸੀਗੀ, ਮੰਜੇ 'ਚ ਡਿੱਗ ਪਈ ਸੀਗੀ, ਪੇਟ 'ਚ ਦਰਦ ਉੱਥੇ ਭੈਣੇ, ਹਾਂ ਉਹ ਅੱਜ ਤਾਂ ਹੀ ਨਹੀਂ ਗਿਆ, ਇੱਕ ਬਾਂਹ ਦੇ ਇੱਕ ਲੱਤ ਦੁਖਦੀ ਆ, ਐਂ ਹੁੰਦਾ ਨਾ ਭੈਣੇ ਕਈ ਵੀਰ ਮੇਰੇ। ਆਓ ਗੱਲ ਕਰ ਜਾ ਫਕੀਰਾ ਯਾਰ ਪਾਰ ਦੀ, ਵੇ ਮੈਨੂੰ ਖੈਰ ਨਹੀਂ ਲੱਗਦੀ, ਬਜ਼ਾਰੀ ਗੇੜੇ ਮਾਰਦੀ ਵੇ ਮੈਨੂੰ ਖੈਰ ਨਹੀਂ ਲੱਗਦੀ, ਆਏ ਫਿਰਦੀ ਬਜ਼ਾਰੀ ਗੇੜੇ ਮਾਰਦੀ ਵੇ ਮੈਨੂੰ ਖੈਰ ਨਹੀਂ ਲੱਗਦੀ ਵੇ। ਭੈਣ ਮੇਰੀ ਇੱਕ ਗੱਲ ਦੱਸੀ, ਜਨਾਨੀ ਤੈਨੂੰ ਉਸੇ ਦਿਨ ਤੋਂ ਹੀ ਦਿੰਦੀ ਆ। ਹਾਂ ਜਦੋਂ ਮੈਂ ਆਖਿਆ ਵੀ ਤੂੰ ਬਿਮਾਰ ਹੋਈ ਆ ਵਿਆਹ ਤੋਂ 3-4 ਦਿਨ, ਇਹ ਉਸ ਤੋਂ ਬਾਅਦ ਹੀ ਦਿਖਣ ਲੱਗੀ। ਹਾਂ ਹਾਂ ਦੂਜੀ ਇੱਕ ਗੱਲ ਹੋਰ ਦੱਸੀ ਭੈਣੇ, ਇਹ ਘਰ ਚੋਂ ਅਜੀਬ ਜੀ ਸਮੈਲ ਆਉਂਦੀ ਆ, ਕੱਚੀ ਕੱਚੀ ਆਉਂਦੀ ਨਾ ਬਾਬਾ, ਸੱਚੀ ਗੱਲ ਆ। ਹਾਂ ਇਹ ਬਾਬਾ ਚਾਰ ਮੁਕਾਮ ਕਿੱਥੇ ਆ, ਚਾਰ ਕਮਰੇ, ਤਿੰਨ ਇਕੱਠੇ ਆ ਇੱਕ ਅਲੱਗ ਪੈਂਦਾ, ਭੈਣੇ ਚਾਰ। ਇਹ ਉਸ ਟਾਈਮ ਪਿੱਛੇ ਚੱਲ ਬਾਬਾ ਜਦੋਂ ਤੇਰਾ ਵਿਆਹ ਹੋਇਆ ਸੀ ਪਹਿਲਾਂ, ਇੱਕ ਸਾਈਡ 'ਚ ਪੈਂਦੇ ਆ ਤਿੰਨ, ਇੱਕ ਅਲੱਗ ਪੈਂਦਾ ਕਮਰਾ, ਇਹ ਤਿੰਨ ਕਮਰੇ ਵਿਖਾਉਂਦਾ ਇੱਕ ਭੂਆ ਦੀ। ਹਾਂ ਠੀਕ ਆ, ਇਹ ਭੈਣੇ ਗੰਦੇ ਪਿੱਲੇ ਸੁਪਨੇ ਆਉਂਦੇ ਆ, ਆਉਂਦੇ ਆ ਭੈਣੇ, ਮਾਸ ਤੇ ਮਾਸ ਕਿੱਥੇ ਆਇਆ ਸੀ, ਭੈਣੇ ਘਰ ਦੇ ਵੜਦੇ ਸਾਹਮਣੇ ਇੱਕ ਖੁੱਲਾ ਜਿਹਾ ਥਾਂ ਆਉਂਦਾ, ਆਉਂਦਾ ਨਾ ਬਾਬਾ, ਇਹ ਉਸ ਸਾਈਡ ਵੇਖ ਲਾ ਭੈਣੇ, ਅੱਜ ਦਾ ਨਹੀਂ ਉਸ ਟਾਈਮ ਨੂੰ ਪਹਿਲਾਂ ਦਾ ਆਖੀ ਜਾਂਦਾ। ਕਈ ਬਾਬਾ ਆਇਓ ਯਾਰ ਪਾਰ ਦੀ।
ਲੱਗਦੀ ਆਹ ਫਰਦੀ ਮਸਾਣੀ ਗੇੜੇ ਮਾਰਦੀ ਮੈਨੂੰ ਖੈਰ ਨਹੀਂ ਲੱਗਦੀ ਫਰਦੀ ਮਸਾਣੀ ਗੇੜੇ ਮਾਰਦੀ ਮੈਨੂੰ ਖੈਰ ਨਹੀਂ ਲੱਗਦੀ ਆ ਲਿਆ ਪੱਟ ਕੇ ਕਿੱਥੇ ਸੌ ਗਿਆ ਹਾਂ ਬਾਬਾ ਹੁਣ ਮੇਨ ਗੱਲ ਤੇ ਆ ਜਾਈਏ ਇੱਕ ਤਾਂ ਸਭ ਤੋਂ ਵੱਡਾ ਹੈ ਬਾਬੇ ਦਾ ਰੌਲਾ ਪੈਂਦਾ ਕੋਟਲੇ ਵਾਲੇ ਫਕੀਰ ਦਾ ਠੀਕ ਹੈ ਬਾਬਾ ਬਾਬਾ ਜਦੋਂ ਛੱਡਤਾ ਸੀ ਉਦੋਂ ਬਾਅਦ ਚ ਮੰਨਣ ਲੱਗ ਗਏ ਉੱਥੇ ਘੁੰਡੀ ਪਾ ਕੇ ਬਹਿ ਗਿਆ ਠੀਕ ਹੈ ਬਾਬਾ ਬਾਬੇ ਦੀ ਤੁਹਾਡੇ ਪਰਿਵਾਰ ਚ ਛਾਂਟ ਵੀ ਲੱਗਦੀ ਆ ਠੀਕ ਹੈ ਬਾਬਾ ਦੂਜੀ ਗੱਲ ਇਹ ਤੁਹਾਡੇ ਬਾਬੇ ਨੂੰ ਸਾਧ ਨੂੰ ਇਹਨੂੰ ਬਣਾ ਲਓ ਸਹੀ ਢੰਗ ਨਾਲ ਠੀਕ ਹੈ ਬਾਬਾ ਹਾਂ ਵੱਧ ਵਿੱਚ ਜਿਵੇਂ ਟੱਕ ਲਾਲਾ ਵਿੱਚ ਮੁੰਗਾਰਾ ਕਰਦਾ ਲਿਖ ਜਗਾ ਗਿਆ ਇਹ ਯੋਗੀ ਯੋਗੀ ਕਿੰਨੇ ਰੋ ਬਾਬੇ ਦਾ ਹੋ ਕੇ ਰਹਿ ਜਾ ਠੀਕ ਹੈ ਬਾਬਾ ਤੇਰੇ ਪਰਿਵਾਰ ਚ ਪਿੱਛੇ ਵੀ ਬਾਬਾ ਫਕੀਰੀ ਤੁਰੀ ਆਉਂਦੀ ਆ ਠੀਕ ਹੈ ਬਾਬਾ ਇਹ ਜੰਮਦੇ ਦੇ ਸਿਰ ਤੇ ਜੋਗ ਸੀਗਾ ਇਸ ਬੱਚੇ ਦੇ ਠੀਕ ਹੈ ਬਾਬਾ ਬਾਬੇ ਨੇ ਬਖਸ਼ਿਆ ਇਹ ਬੱਚੇ ਦੇ ਸਿਰ ਜੋਗ ਆ ਗਿਆ ਇਹ ਸੁਨਹਿਰੀ ਰੰਗ ਦੀਆਂ ਜੱਟਾਂ ਸੀਗੀਆਂ ਬਾਬਾ ਜੱਟਾਂ ਸੀਗੀਆਂ ਬਾਬਾ
ਛੋਟੇ ਭਾਈ ਨੂੰ ਪੁੱਛ ਲਿਓ। ਭਾਈ ਨੂੰ ਜਾ ਕੇ ਪੁੱਛ ਲਿਓ ਵੀ ਛੋਟੇ ਤੋਂ ਚਾਰ ਭਾਈ ਵੇਖ ਲਓ ਕੀ ਦੇ ਠੀਕ ਆ ਬਾਬਾ। ਜਿਹੜੇ ਕਾਲੇ ਕੱਪੜਿਆਂ ਵਾਲਾ ਸਾਧ ਦਿੰਦਾ ਸੀਗਾ ਨਾ ਠੀਕ ਆ ਬਾਬਾ। ਹੁਣ ਮੇਨ ਮੁੱਖ ਦੀ ਗੱਲ ਸੁਣਾ ਦੇ ਬਾਬਾ ਠੀਕ ਆ। ਇਹ ਜਿਹੜੇ ਕਾਲੇ ਕੱਪੜਿਆਂ ਵਾਲਾ ਸਾਧ ਦਿੰਦਾ ਸੀ ਤੇਰਾ ਆਪਦਾ ਫਕੀਰ ਆ ਤੇਰਾ ਆਪਦਾ ਬਜ਼ੁਰਗ ਇਹਦੀ ਤੈਨੂੰ ਛਾਂਟ ਵੱਜਦੀ ਆ ਠੀਕ ਆ। ਕੋਟਲੇ ਵਾਲੇ ਫਕੀਰ ਨੂੰ ਮਨਾ ਲਾ ਠੀਕ ਆ ਬਾਬਾ। ਦੂਜੀ ਗੱਲ ਬਾਬਾ ਕੀਤੇ ਕਿਰਾਏ ਦਾ ਰੌਲਾ ਉਹ ਪਾਸੇ ਕਰਾ ਲਾ, ਇਸੇ ਕਾਰਨ ਫਕੀਰ ਗਾਹ ਨਹੀਂ ਆਉਂਦਾ ਠੀਕ ਆ ਬਾਬਾ। ਇਹ ਪਾਸੇ ਕਰਾ ਲਾ, ਸਾਰਾ ਕੁਛ ਮਿਲੂ ਤੈਨੂੰ ਫਕੀਰ ਦੇ ਦਰ ਤੋਂ। ਸਾਰੀਆਂ ਦਾ ਸੁਣਾ ਦਿੰਦਾ ਬਾਬਾ। ਬਾਬਾ ਤੂੰ ਐਂ ਪੁੱਛਣਾ ਵੀ ਮੇਰੇ ਤੇ ਲਹਿਰ ਕਿਹਦੀ ਵੱਜਦੀ ਆ। ਹਰ ਗਿਆ
ਸ਼ੇਰੀਆਂ ਨੂੰ ਸੁੱਤਾ ਲੱਗ ਮਾਰੇ ਸਾਧ ਸ਼ੇਰੀਆਂ ਸ਼ੇਰੀਆਂ ਨੂੰ ਸੁੱਤਾ ਲੱਗ ਮਾਰੇ ਸਾਧ ਸ਼ੇਰੀਆਂ ਹਾਂ ਬਾਬਾ ਮੇਰੇ ਫਕੀਰ ਦਾ ਐਸਾ ਹੁਕਮ ਹੈ ਕਹਿੰਦਾ ਅਜੀਜ ਪਾਸੇ ਘਰਾਲਾ ਤੇਰੇ ਸਿਰ ਤੇਰਾ ਫਕੀਰ ਚੜ ਕੇ ਨਾ ਬੋਲੇ ਤਾਂ ਮੈਨੂੰ ਸਵਾਹ ਦਾ ਪੁੱਤ ਨਾ ਜਾਣ ਠੀਕ ਹੈ ਬਾਬਾ ਆ ਗਈ ਅੱਜ ਗੱਲ ਆ ਤੇਰੇ ਦਿਲ ਦੀ ਹੈਂ ਠੀਕ ਆ ਬਾਬਾ ਆ ਗਈ ਬਾਬਾ ਹੁਣ ਤਾਂ ਪੂਰੀ ਗੱਲ ਠੀਕ ਆ ਮੈਂ 100 ਰੁਪਈਆ ਮੱਥਾ ਟੇਕ ਕੇ ਬਹਿ ਜਾ ਗਾਉਣਾ ਹਾਂ ਸਹੀ ਸਿਆਣੀ ਗੱਲ ਕਰੀਏ ਬਾਬੇ ਹਾਂਜੀ ਤੁਰਦੇ ਨੂੰ ਕਰੋ ਸਲਾਮ ਆਜ਼ਾਦ ਮੇਰੇ ਤੁਰਦੇ ਨੂੰ ਧੰਨਵਾਦ ਹੈ ਤੇਰਾ ਵੇ ਆਈਆਂ ਹੋਈਆਂ ਸੰਗਤਾਂ ਦਾ ਤੂੰ ਪਾਲਣ ਆਇਆ ਮੇਰਾ ਬੀਬੀ ਵੱਡੀ ਬਾਜਵਾ ਗਾਨਾ ਸਾਧ ਮੇਰੇ ਤੁਰਦੇ ਨੂੰ ਤੁਰਦੇ ਨੂੰ ਕਰੋ ਸਲਾਮਾਂ ਸਾਧ ਮੇਰੇ ਤੁਰਦੇ ਨੂੰ ਤੁਰਦੇ ਨੂੰ ਕਰੋ ਸਾਧ ਮੇਰੇ ਤੁਰਦੇ ਨੂੰ ਤੁਰਦੇ ਨੂੰ ਕਰੋ ਸਲਾਮਾਂ ਸਾਧ ਮੇਰੇ ਤੁਰਦੇ ਨੂੰ ਸਾਰੀ ਸੰਗਤ ਬਾਬਾ ਜੀ ਦੇ ਨਾਂ ਤੇ ਇੱਕ ਵਾਰ ਜ਼ੋਰਦਾਰ ਤਾੜੀ